ਸਾਵਧਾਨ 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 ਹੁਣ ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਫੋਟੋਆਂ ਖਿੱਚ ਕੇ ਪਾਉਣ ਵਾਲੇ ਉਹ ਲੋਕ ਹੋ ਜਾਣ ਸਾਵਧਾਨ ਕਿਉਂਕਿ ਹੁਣ ਪੰਜਾਬ ਸਰਕਾਰ ਨਹੀਂ ਬਖਸ਼ੇਗੀ ਕਿਸੇ ਵੀ ਅਜਿਹੇ ਸ਼ਖਸ ਨੂੰ ਜੋ ਇਹਨਾਂ ਫੋਟੋਆਂ ਨੂੰ ਅਪਲੋਡ ਕਰਕੇ ਆਪਣੇ ਇਨਵਾਇਰਮੈਂਟ ਨੂੰ ਖਰਾਬ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਬੁਰਲਾਡਾ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੱਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਫੋਟੋਆਂ ਪਾ ਕੇ ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਉਹਨਾਂ ਲੋਕਾਂ ਦੀ ਜੋ ਆਪਣੀ 2-4 ਮਿੰਟ ਦੀ ਹਵਾ ਮਾਰਨ ਵਾਸਤੇ ਆਪਣੀ ਪੋਸਟ ਤੇ ਲਾਈਕ ਵਿਊਸ ਲੈਣ ਵਾਸਤੇ ਇਹ ਕੰਮ ਕਰ ਰਹੇ ਨੇ, ਕਿਉਂਕਿ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੇ ਹਥਿਆਰ ਇਹ ਬੰਦੇ ਦੀ ਹਿਫਾਜ਼ਤ ਲਈ, ਬੰਦੇ ਦੀ ਖੁਦ ਦੀ ਰੱਖਿਆ ਲਈ ਬਣੀਆਂ ਹੋਈਆਂ ਨੇ। ਪਰ ਇਹਨਾਂ ਚੀਜ਼ਾਂ ਨੂੰ ਲੋਕਾਂ ਨੇ ਗਲਤ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ, ਇਹਨਾਂ ਚੀਜ਼ਾਂ ਦਾ ਗਲਤ ਫਾਇਦਾ ਚੁੱਕ ਰਹੇ ਨੇ। ਅੱਜ ਕੱਲ੍ਹ ਦੀ ਮੰਡੀਰ ਜੋ ਹੈ ਗਲਤ ਫਾਇਦਾ ਚੁੱਕ ਕੇ ਇਹਨਾਂ ਫੋਟੋਆਂ ਨੂੰ ਅਪਲੋਡ ਕਰਦੇ ਨੇ ਅਤੇ ਸ਼ੋਸ਼ੇਬਾਜ਼ੀਆਂ ਕਰਦੇ ਨੇ ਅਤੇ ਲੋਕਾਂ ਵਿੱਚ ਦਹਿਸ਼ਤਬਾਜ਼ੀ ਫੈਲਾ ਰਹੇ ਨੇ ਜੋ ਸਰਾਸਰ ਗਲਤ ਹੈ। ਪਿਛਲੇ ਦਿਨੀ ਤੁਸੀਂ ਦੇਖਿਆ ਸੀ ਕਿ ਇੱਕ 10 ਤੋਂ 11 ਸਾਲ ਦੇ ਬੱਚੇ ਦੀ ਪਿਸਟਲ ਨਾਲ ਸੋਸ਼ਲ ਮੀਡੀਆ 'ਤੇ ਫੋਟੋ ਅਪਲੋਡ ਕੀਤੀ ਗਈ ਸੀ, ਜਿਸ ਨਾਲ ਉਸ ਬੱਚੇ ਅਤੇ ਉਸਦੇ ਪਰਿਵਾਰ 'ਤੇ FIR ਦਰਜ ਹੋ ਚੁੱਕੀ ਸੀ। ਬੱਚੇ 'ਤੇ FIR ਦਰਜ ਹੋਣ 'ਤੇ DSP ਮਜੀਠਾ ਸਿੰਘ ਨੇ ਸਫਾਈ ਦਿੱਤੀ ਹੈ ਕਿ ਬੱਚੇ 'ਤੇ ਪਰਚਾ ਦਰਜ ਨਹੀਂ ਕਰਾਂਗੇ, ਬੱਚੇ ਦਾ ਨਾਮ ਜਲਦਬਾਜ਼ੀ ਵਿੱਚ ਲਿਖਿਆ ਗਿਆ ਹੈ, ਪਰ ਉਸਦੇ ਪਰਿਵਾਰ 'ਤੇ ਇਹ ਪਰਚਾ ਹੋ ਚੁੱਕਿਆ ਹੈ। ਇਹਦੇ ਨਾਲ ਹੀ ਜਿਹੜੇ ਲੋਕ ਵਿਆਹ ਸ਼ਾਦੀਆਂ ਵਿੱਚ ਆਪਣੀ ਟੌਹਰ ਬਣਾਉਣ ਵਾਸਤੇ ਹਥਿਆਰਾਂ ਦਾ ਇਸਤੇਮਾਲ ਕਰਦੇ ਨੇ, ਉਹਨਾਂ 'ਤੇ ਵੀ ਪੰਜਾਬ ਸਰਕਾਰ ਨੇ ਸ਼ਿਕੰਜਾ ਕਸਣ ਦੀ ਤਿਆਰੀ ਸ਼ੁਰੂ ਕਰ ਲਈ ਹੈ। ਨਾਲ ਹੀ ਨਾਲ ਲੋਕਾਂ ਨੂੰ, ਲੋਕਾਂ ਦੀਆਂ ਕਈ ਸਾਲ ਤੋਂ ਪਹਿਲਾਂ ਜਿਹੜੇ ਲੋਕਾਂ ਨੇ ਕਈ ਸਾਲ ਪਹਿਲਾਂ ਹਥਿਆਰਾਂ ਨਾਲ ਫੋਟੋਆਂ ਖਿੱਚ ਕੇ ਪਾਈਆਂ ਹੋਈਆਂ ਨੇ, ਉਹਨਾਂ ਫੋਟੋਆਂ ਨੂੰ ਵੀ ਖੰਗਾਲ ਕੇ ਉਹਨਾਂ ਬੰਦਿਆਂ 'ਤੇ ਵੀ ਪਰਚੇ ਕੀਤੇ ਜਾਣਗੇ ਜੋ ਕਿ ਪੁਰਾਣੀਆਂ ਫੋਟੋਆਂ ਉਹਨਾਂ ਦੇ ਸੋਸ਼ਲ ਮੀਡੀਆ 'ਤੇ ਪਲੇਟਫਾਰਮ 'ਤੇ ਪਈਆਂ ਹੋਈਆਂ ਨੇ। ਪੰਜਾਬ ਦੇ ਗਾਇਕਾਂ ਨੂੰ ਵੀ ਵਾਰਨਿੰਗ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਕਿ ਹੁਣ ਤੋਂ ਉਹ ਇਹੋ ਜਿਹੇ ਹਥਿਆਰਾਂ ਵਾਲੇ ਭੜਕਾਊ ਗੀਤ ਨਹੀਂ ਗਾਉਣਗੇ, ਅਤੇ ਜੇ ਉਹਨਾਂ ਸਿੰਗਰਾਂ ਵੱਲੋਂ ਇਹ ਗੱਲ ਨਹੀਂ ਮੰਨੀ ਗਈ ਤਾਂ ਉਹਨਾਂ 'ਤੇ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਤਾਂ ਬੁਰਲਾਡਾ ਪੰਜਾਬ ਚੈਨਲ ਰਾਹੀਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਅੱਜ ਤੋਂ ਪਹਿਲਾਂ ਕੋਈ ਵੀ ਅਜਿਹੀ ਹਥਿਆਰ ਨਾਲ ਫੋਟੋ ਖਿੱਚ ਕੇ ਆਪਣੀ ਮਸਤੀਬਾਜ਼ੀ ਲਈ ਫੇਸਬੁੱਕ, ਇੰਸਟਾ ਜਾਂ ਕਿਸੇ ਵੀ ਇਹੋ ਜਿਹੇ ਪਲੇਟਫਾਰਮ 'ਤੇ ਅਪਲੋਡ ਕੀਤੀ ਹੋਈ ਹੈ ਤਾਂ ਉਸਨੂੰ ਅੱਜ ਹੀ ਡਿਲੀਟ ਕਰੋ, ਕਿਉਂਕਿ ਤੁਹਾਡੀਆਂ ਇਹੋ ਜਿਹੀਆਂ ਫੋਟੋਆਂ ਨੂੰ ਕਿਸੇ ਵੀ ਸ਼ਰਾਰਤੀ ਅਨਸਰਾਂ ਵੱਲੋਂ ਰੀਅਪਲੋਡ ਕੀਤਾ ਜਾ ਸਕਦਾ ਹੈ। ਇਹੋ ਜਿਹੀਆਂ ਫੋਟੋਆਂ ਨੂੰ ਰੀਅਪਲੋਡ ਕਰਕੇ ਤੁਹਾਨੂੰ ਫਸਾਇਆ ਵੀ ਜਾ ਸਕਦਾ ਹੈ। ਤਾਂ ਤੁਸੀਂ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਤਾਂ ਕੀ ਲੱਗਦਾ ਹੈ ਤੁਹਾਨੂੰ, ਸਰਕਾਰ ਦਾ ਇਹ ਫੈਸਲਾ ਸਹੀ ਹੈ ਜਾਂ ਗਲਤ? ਕਮੈਂਟ ਕਰਕੇ ਇੱਕ ਵਾਰ ਜ਼ਰੂਰ ਦੱਸਿਓ। ਬੁਰਲਾਡਾ ਪੰਜਾਬ ਚੈਨਲ ਨਾਲ ਬਣੇ ਰਹਿਣ ਲਈ ਧੰਨਵਾਦ।